ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਸ਼ਾਹ ਹੇਠ ਬੈਠ ਕੇ ਕੀਰਤਨ ਸਰਵ ਕਰ ਰਹੇ ਗੁਰੂ ਪਿਆਰੀ ਸਾਧ ਸੰਗਤ, ਜਿੰਨਾ ਇਹਨਾਂ ਨੇ ਧਿਆਨ ਨਾਲ ਤੁਹਾਨੂੰ ਸੁਣਾਇਆ ਤੁਸੀਂ ਓਨਾ ਹੀ ਧਿਆਨ ਨਾਲ ਸੁਣਿਆ। ਮਹਾਰਾਜ ਕਹਿੰਦੇ ਬਲਾਵਲ ਤਬ ਹੀ ਕੀਜੀਏ ਮੁੱਖ ਹੋਵੇ ਨਾਮ। ਕਹਿੰਦੇ ਤਾਂ ਬੋਲਿਆ ਕਰੋ ਸੰਸਾਰ ਵਿੱਚ ਲੋਕੋ, ਜੇ ਮੁੱਖ ਵਿੱਚ ਨਾਮ ਆ ਨਹੀਂ ਤਾਂ ਬੋਲੋ ਹੀ ਨਾ। ਤੁਹਾਨੂੰ ਇਹੀ ਬੋਲਣ ਵਾਸਤੇ ਭੇਜਿਆ, ਹੋਰ ਕੁਛ ਕਰਨ ਵਾਸਤੇ ਨਹੀਂ ਭੇਜਿਆ। ਬੋਲੋ ਵਾਹਿਗੁਰੂ, ਇੱਕ ਵਾਰ ਹੋਰ ਬੋਲੋ ਵਾਹਿਗੁਰੂ, ਇੱਕ ਵਾਰ ਹੋਰ ਬੋਲ ਦਿਓ। ਜੇ ਵਾਹਿਗੁਰੂ ਬੋਲਦੇ ਹੋ ਜਾਗਦੇ ਹੋ, ਨਹੀਂ ਤਾਂ ਸੁੱਤੇ ਪਏ। ਕਿੰਨੀ ਜ਼ਿੰਦਗੀ ਸੁੱਤਿਆਂ ਕੱਢ ਦਿੱਤੀ, ਇਹ ਤੁਸੀਂ ਗਿਣ ਕੇ ਦੇਖ ਲਿਓ। ਅਸੀਂ ਧੰਨਵਾਦ ਕਰਦੇ ਹਾਂ ਮਨਪ੍ਰੀਤ ਜੀ ਦਾ, ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਐਸੀ ਜਗ੍ਹਾ ਆਏ ਜਿੱਥੇ ਇੱਕ ਸਿੱਖ ਹੈ, ਉਹ ਤੁਹਾਡੇ ਸਾਹਮਣੇ ਖੜ੍ਹਾ। 70 ਮੀਲ ਦੇ 'ਚ ਕੋਈ ਸਿੱਖ ਨਹੀਂ, ਕੋਈ ਸਹਿਜਧਾਰੀ ਵੀ ਨਹੀਂ। ਕਿਸ ਤਰ੍ਹਾਂ ਉੜੀਆ ਲੋਕ ਰਹਿੰਦੇ ਨੇ, ਉੜੀਆ ਦੀ ਭਾਸ਼ਾ ਬੋਲਣੀ, ਸਮਝਣੀ, ਸਮਝਾਉਣੀ ਕਿੰਨਾ ਮੁਸ਼ਕਲ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਬਹੁਤ ਕਠਿਨ ਸਮਝਣਾ ਸਮਝਾਉਣਾ। ਮਹਾਰਾਜ ਕਹਿੰਦੇ ਨਾਨਕ ਲਿਖੇ ਇੱਕ ਗੱਲ, ਹੋਰ ਹੋਮੇ ਚੱਖਣਾ ਚਾਕ। ਜੇ ਤੁਸੀਂ ਆ ਇੱਕ ਗੱਲ ਸਮਝ ਲਈ, ਬੋਲੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ। ਜੇ ਤੁਸੀਂ ਇਹ ਸਮਝ ਲਿਆ ਕਿ ਇਹੀ ਬੋਲਣਾ, ਤੁਹਾਡਾ ਭਲਾ ਹੋ ਸਕਦਾ। ਜਿਹਨਾਂ ਨੇ ਵੀ ਇਹਨੂੰ ਪਿਆਰ ਕੀਤਾ, ਸਾਡਾ ਗੁਰੂ ਸਾਹਿਬ ਨੇ ਇਹਦੇ ਨਾਲ ਹੀ ਪਿਆਰ ਪਾਇਆ। ਸਾਨੂੰ ਇਹ ਨਹੀਂ ਪਤਾ ਤੁਸੀਂ ਕਿੱਥੋਂ ਆਏ ਹੋ, ਸਾਨੂੰ ਇਹ ਨਹੀਂ ਪਤਾ ਅਸੀਂ ਆ ਜਾਣਾ ਕਿੱਥੇ ਆ, ਸਾਨੂੰ ਇਹ ਵੀ ਨਹੀਂ ਪਤਾ ਅਸੀਂ ਹੈ ਕੌਣ। ਤੁਹਾਨੂੰ ਇਹ ਨਹੀਂ ਪਤਾ ਤੁਸੀਂ ਮਨ ਹੋ, ਸਰੀਰ ਹੋ, ਆਤਮਾ ਹੋ, ਨਹੀਂ ਪਤਾ ਹੈ। ਸਾਰਿਆਂ ਵਿੱਚੋਂ ਕਿਸੇ ਨੂੰ ਨਹੀਂ ਪਤਾ ਹੋਣਾ। ਕੋਈ ਕਹੇਗਾ ਸਰੀਰ ਹੈ, ਕੋਈ ਕਹੇਗਾ ਆਤਮਾ। ਆਤਮਾ ਨੇ ਆਤਮਾ ਜਾ ਮਿਲਣਾ, ਸਰੀਰ ਨੇ ਸਵਾਹ ਹੋ ਜਾਣਾ, ਮਨ ਨੇ ਬਚ ਜਾਣਾ। ਮਨ ਕੌਣ ਆ? ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਇਹਨੇ ਪਛਾਣ ਲਿਆ, ਸ਼ਾਇਦ ਇਹ ਆਪਣਾ ਭਲਾ ਕਰਾ ਜੇ, ਸ਼ਾਇਦ ਇਹ ਵਾਪਸ ਸਹੀ ਸਲਾਮਤ ਆਪਣਾ ਘਰ ਚਲੇ ਜਾਏ। ਜੇ ਇਹਨੇ ਨਾ ਪਛਾਣਿਆ ਤਾਂ ਇੱਥੇ ਮੁੜ ਮੁੜ ਜੂਨ ਨਹੀਂ ਪਾਏ, ਇੱਥੇ ਜੂਨਾਂ 'ਚ ਭੜਕਣਾ। ਤੁਸੀਂ ਮਨ ਹੋ। ਮਨ ਮਨ ਕੀ ਆ? ਮਨ ਇੱਕ ਖਿਆਲ ਨੇ। ਚੰਗੇ ਲਿਆਓ ਚੰਗਾ ਬਣ ਜਾਏਗਾ, ਮੰਦੇ ਲਿਆਓ ਮੰਦੇ ਬਣ ਜਾਏਗਾ। ਸੋ ਅੱਜ ਇਹ ਕੀਰਤਨ ਦਰਬਾਰ ਇਸੇ ਕਰਕੇ ਕਰਾਏ ਸੀ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਓ ਭਾਵੇਂ ਨਾ ਮਨਾਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਪਰ ਸਾਨੂੰ ਤੁਹਾਨੂੰ ਬਹੁਤ ਫਰਕ ਪੈ ਜਾਣਾ ਜੇ ਤੁਸੀਂ ਇੱਕ ਗੱਲ ਨੂੰ ਸਮਝ ਲਿਆ। ਜਿਤ ਮੁੱਖ ਨਾਮ ਨ ਉਚਰੇ ਬਿਨਾਂ ਨਾਵੇਂ ਰਸ ਖਾਏ, ਨਾਨਕ ਐਵੇਂ ਜਾਣੀਏ ਤਿਤ ਮੁੱਖ ਥੁੱਕਾਂ ਪਾਏ। ਥੁੱਕਾਂ ਪੈਂਦੀਆਂ ਮਨ ਨੂੰ, ਕਿੰਨੇ ਸਵਾਦਲੇ ਭੋਜਨ ਦਿੱਤੇ ਨੇ।
ਸਰੀਰ ਨੂੰ ਭੋਜਨ ਦਿੱਤਾ, ਮਨ ਨੂੰ ਨਾਮ ਦੀ ਖੁਰਾਕ ਦਿੱਤੀ ਹੈ। ਮਨ ਰੱਬ ਦਾ ਪੁੱਤਰ ਸੀ, ਅਸੀਂ ਇਹਨੂੰ ਨਹੀਂ ਸਮਝ ਪਾਏ। ਇਹਨੂੰ ਸਵਾਸਾਂ ਰੂਪੀ ਕਿੰਨਾ ਅਨਮੋਲ ਖਜ਼ਾਨਾ ਦਿੱਤਾ, ਕਿੰਨਾ ਸੁੰਦਰ ਸ਼ੀਰ ਦਿੱਤਾ, ਖਾਣ ਵਾਸਤੇ ਕਿੰਨਾ ਸਵਾਦਲਾ ਭੋਜਨ ਦਿੱਤਾ, ਪਹਿਨਣ ਵਾਸਤੇ ਕੱਪੜੇ ਦਿੱਤੇ, ਰਹਿਣ ਵਾਸਤੇ ਘਰ ਦਿੱਤੇ, ਔਰ ਗੱਡੀਆਂ ਦਿੱਤੀਆਂ ਘੁੰਮਣ ਵਾਸਤੇ, ਜਹਾਜ਼ਾਂ 'ਚ ਘੁੰਮਦਾ ਫਿਰਦਾ। ਲੇਕਿਨ ਆਪਣੀ ਅਸਲੀਅਤ ਨੂੰ ਭੁੱਲ ਗਿਆ, ਜੋ ਕਰਨਾ ਸੀ ਨਹੀਂ ਕੀਤਾ। ਰਹੋ ਵਿਚਾਰ, ਇਹ ਲੰਬੀਆਂ ਕਥਾਵਾਂ ਨੇ। ਅਸੀਂ ਜਿੰਨੇ ਵੀ ਜਥੇ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇੱਥੇ ਆ ਕੇ ਸੰਗਤਾਂ ਨੂੰ ਸੁੰਦਰ ਸੁੰਦਰ ਗੁਰੂ ਸਾਹਿਬ ਦੇ ਬਚਨ ਸੁਣਾਏ। ਭੈਣਾਂ ਬੀਬੀਆਂ ਨੇ ਬਹੁਤ ਧਿਆਨ ਨਾਲ ਸੁਣਿਆ, ਭਾਈਆਂ ਨੇ ਵੀ ਸੁਣਿਆ, ਪਰ ਜੇ ਕੋਈ ਇੱਕ ਗੱਲ ਮੰਨ ਕੇ ਚਲੇ ਗਏ, ਇੱਕ ਵੀ ਗੱਲ ਮੰਨ ਲਈ, ਤੁਹਾਡੀ ਕਾਇਆ ਕਲਪ ਹੋ ਜਾਣੀ ਹੈ। ਕੰਚਨ ਕਾਇਆ ਨਿਰਮਲੀ, ਸੱਚ ਨਾਮ ਸੱਚ ਲਾਗੇ। ਸੱਚ ਨਾਲ ਜੁੜ ਜਾਓ, ਸੱਚ ਕੌਣ? ਵਾਹਿਗੁਰੂ। ਸੱਚ ਨਾਲ ਜੁੜ ਜਾਓਗੇ, ਸਚਿਆਰੇ ਬਣ ਜਾਓਗੇ, ਝੂਠ ਨਾਲ ਜੁੜੋਗੇ, ਝੂਠੇ ਬਣ ਜਾਓਗੇ। ਤੁਸੀਂ ਦੇਖਣਾ ਕਿਹਦੇ ਨਾਲ ਜੁੜਨਾ। ਉਹ ਗੁਰੂ ਪਿਆਰੀ ਸਾਧ ਸੰਗਤ, ਮੈਂ ਇੱਕ ਦੋ ਮਿੰਟ ਲਾ ਕੇ ਸਮਾਪਤੀ ਕਰਨੀ ਆ। ਸਾਨੂੰ ਬੜੀਆਂ ਔਕੜੀਆਂ ਅੱਜ ਵੀ ਆ ਰਹੀਆਂ। ਇੱਥੇ ਰਹਿ ਕੇ ਮਨਪ੍ਰੀਤ ਜੀ, ਗੁਰਦੁਆਰਾ ਆਰਤੀ ਸਾਹਿਬ ਦੀ ਸਥਾਪਨਾ, ਆਰਤੀ ਕਿੱਥੇ ਉਚਾਰੀ ਸੀ ਕੋਈ ਪਤਾ ਨਹੀਂ ਹੈ, ਸੁਣਨ ਵਿੱਚ ਮੰਦਿਰ ਦੇ ਕਿਤੇ ਨੇੜੇ ਤੇੜੇ ਉਚਾਰੀ ਸੀ। ਅਸੀਂ ਇਹ ਜਗ੍ਹਾ ਖਰੀਦ ਕੇ ਇੱਥੇ ਉਹਦੀ ਯਾਦਗਾਰ ਬਣਾਈ, ਗੁਰਦੁਆਰਾ ਆਰਤੀ ਸਾਹਿਬ। ਭਾਈ ਹਿੰਮਤ ਰਾਜ ਦਾ ਘਰ ਕਿੱਥੇ ਸੀਗਾ ਕੋਈ ਪਤਾ ਨਹੀਂ, ਬੜੀ ਖੋਜ ਕੀਤੀ ਨਹੀਂ ਲੱਭਿਆ। ਮਿਊਂਸਪੈਲਿਟੀ ਨੂੰ ਸਾਰੀ ਗੱਲ ਸਮਝਾਈ ਕਿ ਭਾਈ ਹਿੰਮਤ ਰਾਏ ਕੌਣ ਸੀ, ਤੁਹਾਡਾ ਬੱਚਾ ਸੀ, ਤੁਹਾਡਾ ਭਰਾ ਸੀ, ਤੁਹਾਡਾ ਦਾਦਾ ਸੀ, ਤੁਹਾਡਾ ਪੜਦਾਦਾ ਸੀ। ਉਹਨਾਂ ਨੇ ਜਦੋਂ ਜਾਣਕਾਰੀ ਲਈ, ਉਹਨਾਂ ਨੇ ਗੁਰਦੁਆਰਾ ਆਰਤੀ ਸਾਹਿਬ ਦੇ ਸਾਹਮਣੇ 2 ਏਕੜ ਜ਼ਮੀਨ ਦਿੱਤੀ ਕਿ ਲਓ ਉਹਨਾਂ ਦੀ ਯਾਦਗਾਰ ਬਣਾਓ। ਉਹ ਜੋ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਆਰਤੀ ਸਾਹਿਬ ਦੇ ਸਾਹਮਣੇ ਭਾਈ ਹਿੰਮਤ ਸਿੰਘ ਜੀ ਮੈਮੋਰੀਅਲ ਚਿਲਡਰਨ ਪਾਰਕ, ਉਹ ਬਣਿਆ। ਹੁਣ ਤੀਜਾ ਸਥਾਨ ਸੀ ਬੌਲੀ ਸਾਹਿਬ, ਬੌਲੀ ਮੱਠ, ਜਿਹੜਾ 500 ਸਾਲ ਤੋਂ ਵਿਛੜਿਆ ਪਿਆ ਸੀ। ਇਹਦੇ ਵਾਸਤੇ 13 ਸਾਲ ਤਪੱਸਿਆ ਕੀਤੀ, ਮੋਰਚਾ ਲਾਇਆ, ਬੜੀਆਂ ਔਕੜਾਂ ਆਈਆਂ। ਕੁਛ ਉੜੀਸਾ ਦੇ ਲੋਕਾਂ ਨੇ ਵਿਰੋਧ ਕੀਤਾ, ਪਾਰਕ ਦੀਆਂ ਕੰਧਾਂ ਵੀ ਢਾਈਆਂ, ਸਾਨੂੰ ਧਮਕੀਆਂ ਵੀ ਆਉਂਦੀਆਂ ਰਹੀਆਂ, ਪਰ ਅਸੀਂ ਗੁਰੂ ਨਾਨਕ ਸਾਹਿਬ ਦਾ ਲੜ ਨਹੀਂ ਛੱਡਿਆ। ਹੁਣ ਪੜ੍ਹ ਰਹੇ ਸੀ ਨਾ ਗੁਰੂ ਨਾਨਕ ਗੋਬਿੰਦ, ਨਾਨਕ ਆਪੇ ਗੋਬਿੰਦ ਸੀ, ਆਪੇ ਪਰਮੇਸ਼ਰ ਸੀ, ਉਹ ਸਾਡੀ ਸਹਾਇਤਾ ਕਰਦੇ ਰਹੇ। ਸਾਡੇ ਕੋਲ ਨਾ ਮਨੀ ਸੀ, ਨਾ ਮੈਨ ਸੀ, ਨਾ ਮਨੀ ਦੀ ਪਾਵਰ ਨਾ ਮੈਨ ਪਾਵਰ, ਦੋਨੋਂ ਨਹੀਂ ਸੀ, ਪਰ ਗੁਰੂ ਨਾਲ ਪਿਆਰ ਜ਼ਰੂਰ ਸੀ, ਵਾਹਿਗੁਰੂ ਨਾਲ ਵੀ ਪਿਆਰ ਸੀ ਸਾਡਾ। ਪਰ ਗੁਰ ਪਰਮੇਸ਼ਰ ਇੱਕੋ ਹੀ ਜਾਣ, ਇੱਕੋ ਹੀ ਆ ਦੋਨੋਂ। ਉਹ ਪਿਆਰ ਦਾ ਸਦਕਾ ਸਾਡੀ ਰਾਖੀ ਕਰਦੇ ਰਹੇ, ਸਾਨੂੰ ਬਚਾਉਂਦੇ ਰਹੇ। ਪੰਡਿਆਂ ਦਾ ਗੜ੍ਹ ਹੋਵੇ, ਉਹ ਪੰਡੇ ਜਦੋਂ ਅਸੀਂ ਬੌਲੀ ਮੱਠ ਦਾ ਨਾਂ ਲੈਂਦੇ ਸੀ, ਜਿਹੜੇ ਕਹਿੰਦੇ ਸੀ 84 ਬਣਾ ਦੇਵਾਂਗੇ, 84 ਦਾ ਮਤਲਬ ਜੋ 84 'ਚ ਦੰਗੇ ਹੋਏ ਸੀ, ਲੋਕਾਂ ਨੂੰ ਮਾਰਿਆ ਸੀ, ਵੀ ਤੁਹਾਨੂੰ ਵੀ ਇਸ ਤਰ੍ਹਾਂ ਹੀ ਮਾਰ ਦਾਂਗੇ, ਅੰਦਰ ਨਹੀਂ ਸੀ ਵੜਨ ਦਿੰਦੇ। ਹੌਲੀ ਹੌਲੀ ਕਰਕੇ ਪ੍ਰਸ਼ਾਸਨ ਦੇ ਨਾਲ ਪਿਆਰ ਪਾਇਆ,
ਪੰਡਿਆਂ ਦੇ ਨਾਲ ਪਿਆਰ ਪਾਇਆ, ਮੰਦਰ ਦੇ ਪੰਡਿਆਂ ਨਾਲ ਪਿਆਰ ਪਾਇਆ, ਸਾਰੇ ਸ਼ਹਿਰ ਵਾਲਿਆਂ ਨਾਲ ਪਿਆਰ ਪਾਇਆ, ਮਿਊਂਸਪੈਲਿਟੀ ਨਾਲ ਪਿਆਰ ਪਾਇਆ, ਜਿੰਨਾ ਵੀ ਇੱਥੇ ਯੂਪੀ ਦਾ ਕੋਈ ਪਤਵੰਤ ਸੀ ਸਾਰਿਆਂ ਨਾਲ ਪਿਆਰ ਪਾਇਆ। ਉਹ ਪਿਆਰ ਦਾ ਨਤੀਜਾ ਹੌਲੀ 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 ਇਹ ਨਿਕਲਿਆ ਕਿ ਸਾਨੂੰ 1 ਜਨਵਰੀ 2019 ਨੂੰ ਉਹ ਬੌਲੀ ਮਠ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਖਾਰਾ ਪਾਣੀ ਮਿੱਠਾ ਕੀਤਾ, ਖਾਰਾ ਪਾਣੀ ਮਿੱਠਾ ਕੀਤਾ, ਇਹਦੇ ਵੀ ਪਿੱਛੇ ਕਹਾਣੀ ਹੈ, ਕਥਾ ਹੈ, ਉਹ ਵੀ ਲੰਬੀ ਹੈ। ਉਹ ਖਾਰਾ ਪਾਣੀ ਮਿੱਠਾ ਕੀਤਾ ਗੁਰੂ ਪਿਆਰੇ ਸਾਹਿਬ ਸਰ, ਇਹ ਗੱਲ ਯਾਦ ਆ ਗਈ ਤਾਜ਼ੀ ਤਾਜ਼ੀ ਮਨਪ੍ਰੀਤ ਜੀ, ਐਸ ਜਿੱਥੇ ਅਸੀਂ ਬੈਠੇ ਹੋ ਇਹਦਾ ਨਾਂ ਯਾਤਰਿਕਾ ਨਿਵਾਸ ਹੈ, ਇੱਥੇ ਅਸੀਂ ਇਹ ਪ੍ਰੋਗਰਾਮ ਕਰਨਾ। ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਜਗ੍ਹਾ ਦੇ ਦਿਉ, ਉਹਨਾਂ ਨੇ ਸਾਨੂੰ ਜਗ੍ਹਾ ਕਿਰਾਏ 'ਤੇ ਦਿੱਤੀ ਕਿ ਇੰਨਾ ਕਿਰਾਇਆ ਲੱਗੇਗਾ। ਅਸੀਂ ਇਹਨਾਂ ਦਾ ਪਾਣੀ ਖਾਰਾ ਸੀ, ਆ ਪਰਸੋਂ ਚੌਥੇ ਦੀ ਗੱਲ ਹੈ, ਇੱਥੇ ਪਾਣੀ ਖਾਰਾ ਸੀ ਗੁਰੂ ਪਿਆਰੀ ਸਾਧ ਸੰਗਤ, ਪਾਣੀ ਦੀ ਘਾਟ ਪੈ ਗਈ, ਅਸੀਂ ਕਿਹਾ ਖਾਰਾ ਹੀ ਦੇ ਦਿਉ, ਖਾਰੇ ਨਾਲ ਕੰਮ ਚਲਾਵਾਂਗੇ। 3 ਦਿਨ ਕੋਈ ਨਹੀਂ ਖਾਰਾ ਖਾਰਾ ਹੀ ਸਹੀ। ਉਹ ਜਦੋਂ ਪਾਣੀ ਬੋਰ ਚਲਾਇਆ, ਉਹ ਗੁਰੂ ਪਿਆਰੇ ਸਾਧ ਸੰਗਤ ਬੋਰ ਵਿੱਚ ਪਾਣੀ ਮਿੱਠਾ ਨਿਕਲਿਆ। ਇਹ 3 ਦਿਨ ਪਹਿਲਾਂ ਦੀ ਗੱਲ ਹੈ, ਕਿਉਂਕਿ ਇੱਥੇ ਸੰਗਤਾਂ ਦੇ ਚਰਨ ਪੈ ਗਏ, ਗੁਰੂ ਦੀਆਂ ਸੰਗਤਾਂ ਦੇ ਚਰਨ ਪੈ ਗਏ। ਇਹਨਾਂ ਨੇ ਸਾਨੂੰ ਦੱਸਿਆ ਕਿ ਬਾਬਾ ਜੀ ਉੱਥੇ ਤਾਂ ਪਾਣੀ ਮਿੱਠਾ ਨਿਕਲਿਆ। ਉਹ ਜਿਹੜਾ ਇੱਥੇ ਮੈਨੇਜਰ, ਉਹ ਵੀ ਹੈਰਾਨ ਹੈ ਕਿ ਇੱਥੇ ਪਾਣੀ ਮਿੱਠਾ ਨਿਕਲਿਆ। ਇਹ ਸਭ ਗੁਰੂ ਨਾਨਕ ਸਾਹਿਬ ਦੀ ਕਲਾ, ਪਤਾ ਨਹੀਂ ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ। ਇਹ ਸਾਰੀ ਧਰਤੀ ਮਿੱਠੀ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਇਹਨੂੰ ਸਵੀਟ ਵਾਟਰ ਜ਼ੋਨ ਵੀ ਕਹਿੰਦੇ। ਸੋ ਇਸ ਤਰ੍ਹਾਂ ਇਹ ਪ੍ਰਸ਼ਾਸਨ ਨੇ, ਸਰਕਾਰ ਨੇ ਖੁਸ਼ ਹੋ ਕੇ ਇਹ ਸਾਨੂੰ ਬੌਲੀ ਮੱਠ ਦੀ ਸੇਵਾ ਸੰਭਾਲ ਦਿੱਤੀ ਜਿਹੜੀ ਅੱਜ ਅਸੀਂ ਕਰ ਰਹੇ। ਸਾਰੀਆਂ ਸੰਗਤਾਂ ਦੇਖ ਕੇ ਦਰਸ਼ਨ ਕਰਕੇ ਆਈਆਂ ਹੋਣਗੀਆਂ, ਇਹਨਾਂ ਸੇਵਾਵਾਂ ਨੂੰ ਦੇਖ ਕੇ ਇੱਥੋਂ ਹੋਰ ਵੀ। ਅੱਜ ਤੋਂ 3 ਸਾਲ ਪਹਿਲੇ ਮਿਊਂਸਪੈਲਿਟੀ ਨੇ ਕਿਹਾ ਬਾਬਾ ਜੀ ਇੱਥੇ ਇੱਕ ਆਸ਼ਰਮ ਹੈ, ਉਹਨੂੰ ਲੰਗਰ ਦਿਆ ਕਰਨਾ, 50-100 ਕੁ ਜੀ ਹੈਗਾ ਅਨਾਥ ਜਿਨ੍ਹਾਂ ਨੂੰ ਪ੍ਰਸ਼ਾਦਾ ਪਾਣੀ ਮੁਸ਼ਕਲ ਹੋ ਰਹੀ ਹੈ। ਕਹਿੰਦੇ ਇੱਕ ਟਾਈਮ ਦਾ ਦੇ ਦਿਓ, ਇੱਕ ਟਾਈਮ ਦਾ ਐਪਕੋਨ ਵਾਲੇ ਦਿੰਦੇ ਨੇ, ਅਸੀਂ ਉੱਥੇ ਵੀ ਪ੍ਰਸ਼ਾਦਾ ਭੇਜਦੇ ਹਾਂ, ਅੱਜ ਵੀ ਜਾਂਦਾ। ਇੱਥੇ ਹਰ ਸਾਲ ਯਾਤਰਾ ਨਿਕਲਦੀ ਹੈ ਜਿਹਦੇ 10-12 ਲੱਖ ਦਾ ਇਕੱਠ ਹੁੰਦਾ। ਉਸ ਯਾਤਰਾ ਵਿੱਚ ਵੀ ਗੁਰਦੁਆਰਾ ਆਰਤੀ ਸਭ ਵੱਲੋਂ ਲੰਗਰ ਲੱਗਦਾ, ਘੱਟੋ ਘੱਟ ਵੀ 60-70 ਹਜ਼ਾਰ ਸੰਗਤਾਂ ਦਾ ਇੰਤਜ਼ਾਮ ਕਰਦੇ ਹਾਂ ਲੰਗਰਾਂ ਦਾ, ਉਸ ਸਾਹਿਬ ਦੀ ਕਿਰਪਾ ਚੱਲਦੀ ਹੈ। ਕਈਆਂ ਦਫ਼ਤਰਾਂ ਨੇ ਕਿਹਾ ਸਾਡੇ ਬਾਬਾ ਜੀ ਮਸ਼ੀਨ ਲਾ ਦਿਉ ਠੰਡੇ ਪਾਣੀ ਦੀ, ਉਹ ਵੀ ਲਾਈਆਂ। ਗਰੀਬਾਂ ਨੂੰ ਘੁਮਾ ਕੇ ਲਿਆਉਣਾ ਦਿੱਲੀ ਮਥੁਰਾ ਆਗਰਾ, ਉਹ ਵੀ ਸਾਨੂੰ ਸੇਵਾ ਲਾ ਤੀ, ਉਹ ਵੀ ਹੋ ਗਈ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ। ਇਹ ਸਾਰੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਪ੍ਰਸ਼ਾਸਨ ਨੇ 5 ਏਕੜ ਜ਼ਮੀਨ ਸਾਨੂੰ ਇੱਥੇ ਹੋਰ ਨਾਲ ਹੀ ਦੇ ਦਿੱਤੀ ਗੁਰਦੁਆਰਾ ਸਾਹਿਬ ਦੇ। ਗੁਰੂ ਨਾਨਕ ਸਾਹਿਬ ਦੀਆਂ ਯਾਦਗਾਰਾਂ ਬਣਾਉਣ ਵਾਸਤੇ, ਪਹਿਲੀ ਉਦਾਸੀ ਦੀ ਜੋ ਇਤਿਹਾਸ ਹੈ, ਜੋ ਹਿਸਟਰੀ ਹੈ, ਉਹਨੂੰ ਅਸੀਂ ਉਹ ਵਿਰਾਸਤ ਬਣਾਵਾਂਗੇ। ਉਹਦੀ ਆਉਂਦੇ ਸਾਲ ਨੂੰ ਸ਼ਾਇਦ ਉਹ ਤੁਹਾਨੂੰ ਤਿਆਰ ਮਿਲੂਗਾ। ਬੋਲੋ ਵਾਹਿਗੁਰੂ। ਇਹ ਤੋਂ ਇਲਾਵਾ ਸਾਨੂੰ ਔਕੜਾਂ ਵੀ ਬਹੁਤ ਆਈਆਂ, ਔਕੜਾਂ ਹੋਰ ਕਿਹਦੀਆਂ, ਆਪਣਿਆਂ ਦੀਆਂ। ਇੱਥੇ ਇੱਕ ਬੋਰਡ ਬਣਿਆ ਹੋਇਆ, ਉੜੀਸਾ ਬੋਰਡ, 42 ਗੁਰਦੁਆਰਾ ਸਾਹਿਬਾਂ ਦਾ,
ਉਹਨਾਂ ਨੇ ਹਮੇਸ਼ਾ ਰੁਕਾਵਟ ਹੀ ਪਾਈ ਹੈ। ਉਹਨਾਂ ਨੇ ਕਦੇ ਨਹੀਂ ਸੋਚਿਆ ਹੈਗਾ ਕਿ ਸਿੱਖ ਹੀ ਤਾਂ ਹੈਗੇ ਨੇ, ਜੇ ਇਹਨਾਂ ਨੇ ਸਿੱਖਾਂ ਨੇ ਕੀਤਾ ਤਾਂ ਕੀ ਹੈ, ਜੇ ਅਸੀਂ ਕੀਤਾ ਤਾਂ ਕੀ ਹੈ। ਸਾਡਾ ਸਹਿਯੋਗ ਦੇਣ ਦੀ ਬਜਾਏ ਇਹ ਹੁੰਦਾ ਰਿਹਾ ਕਿ ਇਹਨਾਂ ਨੂੰ ਨਹੀਂ ਦੇਣਾ। ਬੌਲੀ ਮੱਠ ਮਿਲਣ ਤੋਂ ਬਾਅਦ ਵੀ ਅਜੇ ਵੀ ਰੁਕਾਵਟਾਂ ਪਾਈ ਜਾਂਦੇ ਨੇ ਗੁਰੂ ਪਿਆਰੀ ਸਾਧ ਸੰਗਤ ਆਪਣੇ। 70 ਸਾਲ ਤੋਂ ਬੋਰਡ ਬਣਿਆ, 70 ਸਾਲਾਂ ਵਿੱਚ ਇੱਕ ਵੀ ਸੇਵਾ ਨਹੀਂ ਹੈ। ਸਾਡੇ ਕੋਲੋਂ ਗੁਰੂ ਸਾਹਿਬ ਨੇ ਸੇਵਾ ਲੈ ਲਈਆਂ, ਉਹ ਜਾਰੀਆਂ ਨਹੀਂ ਜਾਂਦੀਆਂ ਕਿ ਇਹ ਬਾਹਰੋਂ ਆ ਕੇ ਦਿੱਲੀ ਤੋਂ ਆ ਕੇ ਇਹ ਸੇਵਾਵਾਂ ਕਿਉਂ ਕਰ ਰਹੇ ਨੇ। ਸਾਡਾ ਵੀ ਕਦੇ ਕਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਸਦਕਾ ਭਾਵੇਂ ਅੰਦਰ ਸਥਿਰ ਹੈ, ਠਹਿਰਾਵ ਹੈ, ਸ਼ਾਂਤੀ ਹੈ, ਸਬਰ ਵੀ ਹੈ, ਸੰਤੋਖ ਵੀ ਹੈ, ਕਦੇ ਕਦੇ ਉਬਾਲਾ ਮਾਰਦਾ। ਪਰ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਖੇਮਾ ਹਮਾਰੀ ਮਾਤਾ, ਸੰਤੋਖ ਹਮਾਰਾ ਪਿਤਾ, ਸੱਤ ਹਮਾਰਾ ਚਾਚਾ, ਸਾਚਾ ਇਨ ਸੰਗ ਮਨੂ ਅਜਿੱਤਾ। ਅਸੀਂ ਸ਼ਬਦ ਦੀ ਕਮਾਈ ਕੀਤੀ ਥੋੜ੍ਹੀ ਬਹੁਤ, ਜਿੰਨੀ ਮਹਾਰਾਜ ਨੇ ਕਰਾਈ, ਉਹਦੇ ਨਾਲ ਖਿਮਾ ਕਰਨ ਦੀ ਤਾਕਤ ਆ ਗਈ, ਸੰਤੋਖ ਵੀ ਆ ਗਿਆ। ਅਸੀਂ ਅੱਜ ਤੱਕ ਖਿਮਾ ਹੀ ਕਰਦੇ ਜਾ ਰਹੇ ਹਾਂ, ਅੱਜ ਵੀ ਕਰ ਰਹੇ ਹਾਂ, ਪਰ ਤਾਂ ਵੀ ਸਾਨੂੰ ਇੱਥੋਂ ਜਿਉਣਾ ਕਦੇ ਕਦੇ ਮੁਸ਼ਕਲ ਕਰਦੇ। ਧਮਕੀਆਂ ਵੀ ਆਉਂਦੀਆਂ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਗੁਰੂ ਪਿਆਰੇ ਸਾਹਿਬ ਸੀ ਸਹੁੰ ਖਾਧੀ ਹੋਈ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਕਿ ਇਹਦਾ ਦਰ ਛੱਡ ਕੇ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ। ਸਾਨੂੰ ਵੀ 20 ਸਾਲ ਹੋ ਗਿਆ ਘਰ ਛੱਡਿਆ, ਅਸੀਂ ਵੀ ਗ੍ਰਿਸ਼ਤੀ ਬੱਤਿਆ, ਬੱਚੇ ਬੈਠੇ, ਪੋਤਾ ਵੀ ਬੈਠਾ, ਪੁੱਤ ਵੀ ਬੈਠਾ, ਅਸੀਂ ਵੀ ਘਰ ਛੱਡਿਆ। ਘਰ ਛੱਡਣ ਤੋਂ ਪਹਿਲਾਂ 12-12 24 ਸਾਲ ਪਹਿਲੇ ਰਹੇ, 20 ਸਾਲ ਹੁਣ ਹੋ ਗਏ, ਅੱਧੀ ਤੋਂ ਜ਼ਿਆਦਾ ਜ਼ਿੰਦਗੀ ਸਮਝੋ ਲੱਗ ਚੁੱਕੀ ਹੈ, ਇਹ ਕਹਿ ਲਓ ਸਾਰੀ ਲੱਗ ਗਈ। ਅਤੇ ਹੁਣ ਛੱਡ ਕੇ ਕਿੱਥੇ ਜਾਈਏ, ਘਰ ਹੀ ਨਹੀਂ ਸੜਦਾ, ਘਰ ਹੀ ਗੁਰੂ ਨਾਨਕ ਦਾ ਹੈ। ਸਾਨੂੰ ਗੁਰੂ ਨਾਨਕ ਸਾਹਿਬ ਨੇ ਇਹ ਘਰ ਬਣਾ ਕੇ ਇੱਥੇ ਰੱਖ ਲਿਆ, ਕਾਕਾ ਜੀ ਇੱਥੇ ਰਿਹਾ ਕਰੋ, ਇਹ ਘਰ ਤੁਹਾਡਾ, ਆ ਬਾਗ ਤੁਹਾਡਾ, ਪੈਸੇ ਮੈਂ ਦਊਂਗਾ, ਤੁਸੀਂ ਕਰਿਆ ਕਰੋ, ਕੰਮ ਕਰਿਆ ਕਰੋ। ਕਦੇ ਕਦੇ ਔਕੜਾਂ ਆਉਂਦੀਆਂ ਨੇ, ਪਰ ਜਰਨੀਆਂ ਪੈਂਦੀਆਂ ਨੇ, ਭਾਣੇ ਨੂੰ ਸਹਿਣਾ ਪੈਂਦਾ ਹੈ, ਇਹਨਾਂ ਦੀਆਂ ਵਧੀਕੀਆਂ ਵੀ ਸਾਨੂੰ ਸਹਿਣੀਆਂ ਪੈਂਦੀਆਂ। ਬੌਲੀ ਮੱਠ ਨੂੰ ਚਾਹੀਦਾ ਇਹ ਸੀ, ਉੜੀਸਾ ਦੀ ਸੰਗਤੋਂ ਚਾਹੀਦਾ ਇਹ ਸੀ, ਬਾਬਾ ਜੀ ਸਥਾਨ ਮਿਲ ਗਿਆ, ਚਲੋ ਆਪਾਂ ਮਿਲ ਕੇ ਬਣਾਈਏ, ਚਾਹੀਦਾ ਇਹ ਸੀ, ਨਿੱਕਾ ਨਹੀਂ ਚਾਹੀਦਾ ਸੀ, ਕੋਈ ਬੋਲੋ ਨਹੀਂ ਚਾਹੀਦਾ ਸੀ, ਇਹ ਚਾਹੀਦਾ ਸੀ ਕਿ ਸਥਾਨ ਮਿਲ ਗਿਆ ਸਿੱਖਾਂ ਨੂੰ, ਚਲੋ ਉਹਨਾਂ ਦੀ ਹੈਲਪ ਕਰਕੇ ਨਾਲ ਬਣਾਈਏ, ਇਹ ਚਾਹੀਦਾ ਸੀ, ਇਹ ਨਹੀਂ ਚਾਹੀਦਾ ਸੀ। ਕਈ ਹੰਕਾਰੀ ਬੰਦੇ ਜਿਹਨਾਂ ਨੂੰ ਇਹ ਭਾਉਂਦਾ ਨਹੀਂ, ਹਰ ਜੋ ਹੰਕਾਰ ਨਾ ਭਾਵੇ, ਉਹਨੂੰ ਇਹ ਹੰਕਾਰ ਨਹੀਂ ਭਾਉਂਦਾ, ਬੰਦੇ ਵੀ ਨਹੀਂ ਭਾਉਂਦੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਅਰਦਾਸ ਕਰਕੇ ਜਾਇਓ, ਸਾਰੇ ਜਿੰਨੇ ਵੀ ਸੁਣਦੇ ਹਾਂ ਅਰਦਾਸ ਕਰਕੇ ਜਾਇਓ। ਇੱਥੇ ਕੀਰਤਨ ਕਰਦੇ ਮਰਜ਼ੀ ਹੈ, ਇੱਥੇ ਸੇਵਾ ਕਰਦੇ ਮਰਜ਼ੀ ਹੈ, ਇੱਥੇ ਸਿਮਰਨ ਕਰਦੇ ਮਰਜ਼ੀ, ਇੱਥੇ ਮਰੀਏ। ਅਸੀਂ ਤਾਂ ਗੁਰੂ ਸਾਹਿਬ ਨੂੰ ਵੈਸੇ ਬੇਨਤੀ ਕੀਤੀ ਹੈ ਵੀ ਮਹਾਰਾਜ ਜੀ ਕੀਰਤਨ ਕਰਦੇ ਮਰੀਏ, ਸਾਨੂੰ ਵੀ ਸ਼ੌਕ ਹੈ, ਭਾਵੇਂ ਇੱਕ ਦਿਨ ਕੀਰਤਨ ਨਹੀਂ ਸਿੱਖਿਆ, ਨਾ ਬਾਜਾ ਵਜਾਉਣਾ ਆਉਂਦਾ, ਨਾ ਕੋਈ ਤਰਜ ਆਉਂਦੀ ਹੈ। ਬੋਲੋ ਵਾਹਿਗੁਰੂ, ਇੱਕ ਉਂਗਲੀ ਜੇ ਰੱਖ ਕੇ ਉੱਥੇ ਕੀਰਤਨ ਕਰ ਲਈਦਾ, ਬੋਲੋ ਵਾਹਿਗੁਰੂ। ਕਦੇ ਕਦੇ 2 ਘੰਟੇ ਵੀ, ਕਦੇ ਕਦੇ 3 ਘੰਟੇ ਵੀ, ਕਦੇ ਕਦੇ 4 ਘੰਟੇ ਵੀ, ਕਦੇ ਕਦੇ 5 ਘੰਟੇ ਵੀ, ਜਿਹੜੇ ਸਾਥੀ ਨੇ ਜਾਣਦੇ ਨੇ।
ਸੋ ਇਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ, ਵਾਹਿਗੁਰੂ ਦੀ ਮਹਿਮਾ, ਵਾਹਿਗੁਰੂ ਦੀ ਵਡਿਆਈ ਜਿਹਨਾਂ ਨੇ ਵੀ ਜਾਣ ਲਈ, ਜਿਹਨਾਂ ਨੂੰ ਵੀ ਗੁਰੂ ਨਾਲ ਗੁਰੂ ਕੋਲੋਂ ਸੋਝੀ ਹੋ ਗਈ, ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਸੋਝੀ ਹੋਣੀ ਕਿਰਪਾ, ਬੁੱਝੋ ਸ਼ਬਦ ਵਿਚਾਰ। ਇਹਨਾਂ ਨੇ ਸ਼ਬਦ ਪੜ੍ਹੇ ਨਾ, ਉਹ ਤੁਸੀਂ ਬੁੱਝ ਲਓ ਵੀ ਕੀ ਕਿਹਾ। ਜੇ ਤੁਸੀਂ ਬੁੱਝ ਲਿਆ, ਸਮਝੋ ਤੁਹਾਡੇ ਭਾਗ ਚੰਗੇ, ਕਿ ਕੋਈ ਗੱਲ ਬੁੱਝੇ। ਜੇ ਨਹੀਂ ਬੁੱਝੇ, ਇਹਦਾ ਮਤਲਬ ਸਾਡੇ ਭਾਗ ਖੋਟੇ ਨੇ। ਇੱਕ ਇਹਨਾਂ ਨੇ ਹੋਰ ਬੜੀ ਕਮਾਲ ਦੀ ਗੱਲ ਕਹੀ, ਇਹ ਬੜਾ ਨੋਟ ਕਰਦੇ ਸੀ ਕਿ ਇੱਥੇ ਸਾਨੂੰ ਕਹਿਣਾ ਨਹੀਂ ਚਾਹੀਦਾ। 2000 ਕਮਰਾ ਹਾਇਰ ਕੀਤਾ ਹੋਟਲਾਂ ਦਾ, ਜਿਹਦੇ ਵਿੱਚ 1000 ਕਮਰਾ AC ਹੈ, 1000 ਕਮਰਾ ਨੋਰਮਲ ਹੈ। ਸਾਰੀ ਸੰਗਤ ਚਾਹੀਦੀ ਸਾਨੂੰ AC ਕਮਰੇ ਦਿਓ। ਅਸੀਂ ਬਹੁਤ ਵਾਰ ਕਿਹਾ ਹੋਏ, ਗੁਰੂ ਨਾਨਕ ਤੁਹਾਨੂੰ ਜਿੱਥੇ ਵਾੜ ਲਿਓ ਉੱਥੇ ਰਹਿ ਜਿਓ, ਜੋ ਤੁਹਾਨੂੰ ਖਿਲਾ ਦੇਵੇ ਖਾ ਲਿਓ, ਚੰਗੇ ਰਹੋਗੇ। ਗੁਰੂ ਨਾਨਕ ਸਾਹਿਬ ਜਦੋਂ ਆਏ ਸੀ, ਉਹਨਾਂ ਨੇ ਕਮਰਾ ਮੰਗਿਆ ਸੀ, ਉਹਨਾਂ ਨੇ ਕਮਰਾ ਮੰਗਿਆ ਸੀ, AC ਤਾਂ ਹੈ ਹੀ ਨਹੀਂ ਸੀ। ਉਹ ਤਾਂ ਸਮੁੰਦਰ ਦੇ ਕੰਢੇ ਆ ਕੇ ਆਪਣੇ ਸ਼ਬਦ ਕੀਰਤਨ ਕਰਕੇ ਲੋਕਾਂ ਨੂੰ ਸਮਝਾ ਕੇ, ਪੰਡਿਤਾਂ ਨੂੰ ਸਮਝਾ ਕੇ ਚਲੇ ਗਏ ਵੀ ਆਹ ਆਰਤੀ ਹੁੰਦੀ ਹੈ ਭਾਈ, ਆਹ ਪਰਮਾਤਮਾ ਨੂੰ ਮਿਲਣ ਦਾ ਫਾਰਮੂਲਾ ਹੈ, ਜੇ ਤੁਸੀਂ ਲੈਣਾ ਲੈ ਲਓ, ਨਹੀਂ ਲੈਣਾ ਨਾ ਲਓ। ਪਰ ਉਹਨਾਂ ਨੇ ਆ ਕੇ ਕਮਰੇ ਨਹੀਂ ਮੰਗੇ, ਉਹਨਾਂ ਨੇ ਛਪਰੀ ਵੀ ਨਹੀਂ ਮੰਗੀ। ਉਹ ਤਾਂ ਸਮੁੰਦਰ ਦੇ ਕੰਢੇ ਬੈਠ ਕੇ ਸਿਫਤ ਸਲਾਹਾਂ ਕਰਕੇ ਇਹਨਾਂ ਲੋਕਾਂ ਨੂੰ ਚਾਨਣਾ ਕਰਾ ਗਏ ਕਿ ਆਹ ਆਰਤੀ ਹੁੰਦੀ ਆ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਇਹ ਆਰਤੀ ਹੁੰਦੀ ਹੈ। ਪਰ ਅਸੀਂ ਅੱਜ ਦੇ ਸਿੱਖਾਂ ਦੀ ਡਿਮਾਂਡ ਹੈ, ਸਾਨੂੰ AC ਚਾਹੀਦਾ, ਸਾਨੂੰ ਆਹ ਚਾਹੀਦਾ, ਸਾਨੂੰ ਆਹ ਚਾਹੀਦਾ। ਕਈ ਕਹਿੰਦੇ ਸਾਨੂੰ ਸਵੇਰੇ ਆਲੂਆਂ ਦੇ ਪਰੌਂਠੇ ਚਾਹੀਦੇ ਨੇ, ਕਈ ਕਹਿੰਦੇ ਸਾਨੂੰ ਪੂਰੀਆਂ ਚਾਹੀਦੀਆਂ ਨੇ। ਗੁਰੂ ਨਾਨਕ ਸਾਹਿਬ ਦੇ ਸੁੱਕੇ ਪ੍ਰਸ਼ਾਦੇ ਮਿਲ ਜਾਣ, ਸਮਝ ਲਓ ਤੁਹਾਡੇ ਪਰ ਕਿਰਪਾ, ਜੇ ਤੁਸੀਂ ਛੱਕ ਲਏ। ਅਸੀਂ ਇਹ ਛੱਕ ਕੇ ਦੇਖੇ ਵੀ ਨੇ, ਸਾਡੇ 'ਤੇ ਕਿਰਪਾ ਹੋਈ ਤਾਂ। ਗੁਰੂ ਨਾਨਕ ਨੇ ਆਪਣੇ ਘਰ ਵਾੜ ਲਿਆ, ਤੁਹਾਨੂੰ ਸਮਝ ਲਓ ਬਹੁਤ ਵੱਡੀ ਕਿਰਪਾ। ਉਹ ਜੇ ਤੁਹਾਨੂੰ ਨਹੀਂ ਵਾੜਿਆ, ਇਹਦਾ ਮਤਲਬ ਉਹ ਤੁਹਾਨੂੰ ਉਹਨੂੰ ਤੁਸੀਂ ਪਸੰਦ ਨਹੀਂ ਹੈ। ਸ਼ੁਕਰ ਕਰੋ ਗੁਰੂ ਨਾਨਕ ਨੇ ਤੁਹਾਨੂੰ ਆਪਣੇ ਘਰ ਵਾੜ ਲਿਆ, ਸ਼ੁਕਰ ਕਰੋ ਉਹਨੇ ਤੁਹਾਨੂੰ ਜੋ ਖਿਲਾਤਾ ਤੁਸੀਂ ਖਾ ਲਿਆ ਸਤ ਕਰਕੇ, ਫਿਰ ਤੁਹਾਡੇ ਪਰ ਕਿਰਪਾ, ਔਰ ਨਹੀਂ ਤਾਂ ਤੁਹਾਡੇ ਪਰ ਫਿਰ ਕਿਰਪਾ ਨਹੀਂ ਹੈ। ਇੱਕ ਇਹਨਾਂ ਨੇ ਹੋਰ ਕਮਾਲ ਦੀ ਗੱਲ ਕੀਤੀ ਹੈ ਕਿ ਜਕਾਰਾ ਉਹ ਛੱਡੋ ਜਿਹੜੇ ਭਰਵੱਟੇ ਨਹੀਂ ਕੱਢਦੇ, ਜਿਹੜੇ ਬਾਲ ਨਹੀਂ ਕੱਢਦੇ। ਉਹ ਵੀ ਕੀਰਤਨ ਕਰਦੇ ਨੇ ਜਿਹੜੇ ਬਾਲ ਕੱਟੀ ਬੈਠੇ ਨੇ, ਭਰਵੱਟੇ ਕੱਢਦੇ ਨੇ। ਇਹ ਬਹੁਤ ਡੂੰਘੀ ਵਿਚਾਰ ਹੈ, ਜੇ ਸਮਝ ਆ ਜੇ। ਅਸੀਂ ਇਸ ਤਰ੍ਹਾਂ ਰਹਿਣਾ ਜਿਵੇਂ ਪਰਮੇਸ਼ਰ ਨੇ ਸਾਨੂੰ ਬਣਾਇਆ, ਜੋ ਉਹਨੇ ਦਿੱਤਾ ਉਹਨੇ ਠੀਕ ਦਿੱਤਾ। ਜੇ ਤੁਹਾਨੂੰ ਭੋਡੇ ਬਣਾ ਕੇ ਦਿੰਦਾ ਫਿਰ ਕੀ ਕਰਦੇ ਤੁਸੀਂ। ਉਹਨੇ ਹਰ ਚੀਜ਼ ਸੋਹਣਾ ਬਣਾਈ, ਸੋਹਣੀ ਲਾਈ ਹੈ, ਅੱਖਾਂ ਲਾਈਆਂ ਸੋਹਣੀਆਂ ਲਾਈਆਂ, ਕੰਨ ਲਾਏ ਸੋਹਣੇ ਲਾਏ, ਦਾੜਾ ਲਾਇਆ ਸੋਹਣਾ ਲਾਇਆ, ਹਰ ਚੀਜ਼ ਉਹਨੇ ਸੋਹਣੀ, ਸਾਨੂੰ ਸੋਹਣਾ ਮਨੁੱਖ ਬਣਾ ਕੇ ਦਿੱਤਾ, ਮਾਨੁਖ ਜਨਮ ਦਾ ਲੰਬ ਬਣਾ ਕੇ ਦਿੱਤਾ। ਇਹਦੇ ਉੱਪਰ ਕੋਈ ਸਰੀਰ ਨਹੀਂ ਹੈ, ਇਸ 'ਤੇ ਉੱਪਰ ਕੋਈ ਜੂਨੀ ਨਹੀਂ ਹੈ, ਸਰਦਾਰ ਜੂਨੀ ਬਣਾ ਕੇ ਦਿੱਤੀ ਤੁਹਾਨੂੰ। ਅਸੀਂ ਉਹਨੂੰ ਕੱਟ ਵੱਢ ਕੇ ਸੋਹਣੇ ਬਣਾਉਣੇ ਚਾਹੁੰਦੇ ਹਾਂ, ਮਨ ਨੂੰ ਸ਼ਿੰਗਾਰਨਾ ਸੀ, ਸ਼ਿੰਗਾਰਨ ਲੱਗ ਪਿਆ ਸਰੀਰ ਨੂੰ। ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿਸ ਤਨ ਪਾਈਏ ਨਾਨਕਾ ਸੋ ਤਨ ਹੋਵੇ ਸ਼ਾਰ। ਇਹ ਕਦੇ ਸੋਚਿਆ ਨਹੀਂ ਵੀ ਸਵਾਹ ਸਰੀਰ ਦੇ ਉੱਤੇ ਅਸੀਂ ਮੁੰਡੜੇ ਪਾਈ ਜਾਂਦੇ ਹਾਂ, ਜਾਂ ਹੀਰ ਕੰਨਾਂ ਵਿੱਚ ਪਾਈ ਜਾਂਦੇ ਕੁੰਡਲੇ। ਇਹ ਗੱਲਾਂ ਥੋੜ੍ਹੀਆਂ ਵਿਚਾਰਨ ਦੀਆਂ, ਵਿਚਾਰਿਆ ਕਰੋ।
ਸ਼ਬਦ ਪੜ੍ਹਨਾ ਸੌਖਾ, ਵਿਚਾਰਨਾ ਬਹੁਤ ਔਖਾ। ਜਿਨ੍ਹਾਂ ਨੇ ਵਿਚਾਰ ਲਿਆ ਕਿ ਮੈਨੂੰ ਗੁਰੂ ਸਾਹਿਬ ਨੇ ਆਹ ਸਮਝਾਇਆ, ਮੈਂ ਉਹ ਸਮਝ ਲਵਾਂ ਫਿਰ ਮੈਂ ਕਰਾਂ। ਇੱਕ ਮੈਂ ਹੋਰ ਬੇਨਤੀ ਕਰਦਾ, ਮੇਰੀ ਗੱਲ ਦਾ ਗੁੱਸਾ ਨਾ ਕਰਨਾ ਮਨਪ੍ਰੀਤ ਜੀ। ਸਾਨੂੰ ਸਾਡੇ ਗੁਰੂਆਂ ਨੇ ਭੇਟਾ ਨਹੀਂ ਲਈ, ਕਿਸੇ ਗੁਰੂ ਨੇ ਵੀ ਕੋਈ ਭੇਟਾ ਨਹੀਂ ਲਈ, ਇਕੱਲੇ ਹੀ ਆ ਸਤਸੰਗ ਜੀ। ਬਾਣੀ ਕਿਹਦੀ ਆ? ਬਾਣੀ ਕਿੱਥੋਂ ਆਈ ਹੈ? ਬਾਣੀ ਕਿਹਦੀ ਆ? ਕਿੱਥੋਂ ਆਈ ਹੈ? ਬਾਣੀ ਕਿੱਥੋਂ ਆਈ ਹੈ? ਬਾਣੀ ਕਿਹਦੀ ਆ? ਸਿਫਤ ਲਾਗਾ ਗੁਰੂ ਸਾਹਿਬਾਂ ਨੇ ਕਿਹਨਾਂ ਦੀ ਕੀਤੀ ਹੈ? ਪਰਮਾਤਮਾ ਦੀ। ਪਰਮਾਤਮਾ ਕੌਣ ਆ? ਸਾਡਾ ਪਿਤਾ। ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰੀ ਮਾਤਾ, ਤੂੰ ਹੀ ਮੇਰਾ ਬੰਧਵ, ਤੂੰ ਹੀ ਮੇਰਾ ਭਰਾਤਾ। ਉਹੀ ਸਾਡਾ ਬਾਪ ਆ, ਉਹੀ ਸਾਡੀ ਮਾਂ ਹੈ, ਉਹੀ ਸਾਡਾ ਭਰਾ, ਉਹੀ ਸਾਡਾ ਸਭ ਕੁਛ ਹੈ। ਨਾਮੋ ਪਿਤਾ, ਨਾਮੋ ਮਾਤਾ, ਨਾਮੋ ਮਿੱਤਰ, ਸਖਾਈ ਹਮਾਰਾ। ਮਿੱਤਰ ਵੀ ਉਹੀ ਹੈ, ਸਖਾ ਵੀ ਉਹੀ ਹੈ। ਉਹ ਸਖਾ ਹੈ ਤਾਂ ਅਸੀਂ ਹੈ, ਜੇ ਉਹ ਸਖਾ ਗਿਆ ਤਾਂ ਅਸੀਂ ਗਏ। ਅਤੇ ਉਹਦੀਆਂ ਸਿਫਤਾਂ ਸਾਡੇ ਗੁਰੂਆਂ ਨੇ ਸੁਣਾ ਸੁਣਾ ਕੇ ਸਾਨੂੰ ਉਹਦੇ ਨਾਲ ਜੋੜਿਆ। ਅਸੀਂ ਉਹਦੀਆਂ ਸਿਫਤਾਂ ਆਪਣੇ ਕੋਲੋਂ ਨਹੀਂ ਕੁਛ ਸੁਣਾਉਂਦੇ, ਕੁਛ ਸੁਣਾਉਂਦੇ ਆ। ਜੇ ਆਪਣੇ ਕੋਲ ਸਲਾਮਾ ਕਹਿੰਦੇ ਤਾਂ ਉਹ ਮਨਮਤ ਕਰਨ ਲੱਗ ਪਿਆ, ਗੁਰਮਤ ਛੱਡਤੀ। ਆਪਣੀਆਂ ਗੱਲਾਂ ਨਹੀਂ ਸੁਣਾਉਂਦੇ, ਕਿਸੇ ਨੂੰ ਚੰਗੀਆਂ ਵੀ ਨਹੀਂ ਲੱਗਦੀਆਂ, ਇਹ ਤਾਂ ਰਾਗੀ ਨਹੀਂ ਹੈ। ਜੇ ਆਪਣੀਆਂ ਸੁਣਾਉਂਦਾ, ਪਸੰਦ ਨਹੀਂ ਕਰਦੇ। ਜੇ ਉਹਦੀਆਂ ਸੁਣਾਉਂਦਾ, ਇਹ ਤਾਂ ਉਹਦੀ ਬਾਣੀ ਹੈ, ਫਿਰ ਤਾਂ ਉਹਨੂੰ ਵੀ ਪੈਸੇ ਲੈਣੇ ਚਾਹੀਦੇ ਸੀ। ਅਸੀਂ ਗੱਲਾਂ ਕਿਸੇ ਦੀਆਂ ਸੁਣਾਉਂਦਾ ਗੁਰੂ ਹੈ, ਪੈਸੇ ਅਸੀਂ ਵੱਟਦੇ ਹਾਂ। ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਤੂੰ ਕਰਕੇ ਦੇਖ, ਅਸੀਂ ਕਰਕੇ ਦੇਖਿਆ। ਉਹ ਸਾਨੂੰ ਦਾਤੇ ਬਣਾ ਦਿੰਦਾ, ਕਹਿੰਦੇ ਇੱਥੇ ਦਾਤਾਂ ਵੰਡਿਆ ਕਰ, ਮੰਗਣ ਦੀ ਲੋੜ ਨਹੀਂ ਹੈ, ਉਹ ਵੰਡਿਆ ਕਰ। ਉਹ ਵੰਡਣ ਵਾਲੇ ਬਣਾ ਦਿੰਦਾ। ਬੋਲੋ ਵਾਹਿਗੁਰੂ, ਇੱਕ ਵਾਰ ਹੋਰ ਬੋਲੋ ਵਾਹਿਗੁਰੂ। ਮੈਂ ਇਹਨਾਂ ਨੂੰ ਤਾਂ ਬੇਨਤੀ ਕੀਤੀ ਹੈ, ਬਹੁਤ ਵੱਡੇ ਸਾਰੇ ਸੰਸਾਰ ਵਿੱਚ ਇਸ ਵੇਲੇ ਇਹਨਾਂ ਦਾ ਨਾਮ ਪ੍ਰਚਲਿਤ ਹੈ ਕਿ ਬਹੁਤ ਜੁੜ ਕੇ ਕੀਰਤਨ ਕਰਦੇ ਨੇ, ਪ੍ਰਭੂ ਦੇ ਨਾਲ ਬਹੁਤ ਜੁੜੇ ਰਹਿੰਦੇ ਨੇ, ਹੈ ਵੀ ਸੱਚ। ਇਹ ਇਹੋ ਜਿਹਾ ਪ੍ਰਚਾਰ ਕਰਨ, ਕਿਉਂਕਿ ਇਹਨੂੰ ਦੁਨੀਆ ਸੁਣਦੀ ਹੈ। ਅੱਜ ਸਾਰਿਆਂ ਨੇ ਸੁਣਿਆ ਨਾ, ਸਾਰਿਆਂ ਨੇ ਸੁਣ ਕੇ ਤੁਹਾਨੂੰ ਚੰਗਾ ਲੱਗਿਆ, ਤੁਸੀਂ ਜਕਾਰੇ ਵੀ ਛੱਡੇ, ਤਾਂ ਛੱਡੇ ਜੇ ਚੰਗਾ ਲੱਗਿਆ। ਜੇ ਤੁਹਾਨੂੰ ਚੰਗਾ ਨਾ ਲੱਗਦਾ ਤਾਂ ਤੁਸੀਂ ਬੋਲਣਾ ਹੀ ਨਹੀਂ ਸੀ। ਇਹਦੇ ਇਹਨਾਂ ਦੀਆਂ ਇਹਨਾਂ ਦੇ ਬਚਨ ਤੁਹਾਨੂੰ ਪਸੰਦ ਆਏ, ਤੁਹਾਨੂੰ ਸੋਹਣੇ ਲੱਗੇ, ਸੁਣਾਇਆ ਸਾਰਿਆਂ ਨੇ, ਪਰ ਇਹਨਾਂ ਦਾ ਜ਼ਿਆਦਾ ਚੰਗਾ ਲੱਗਿਆ। ਇਹਨਾਂ ਦਾ ਤਰੀਕਾ ਸਮਝਾਉਣ ਦਾ, ਜੋੜਨ ਦਾ, ਜੋੜਨ ਦਾ ਤਰੀਕਾ। ਇਹ ਜਦੋਂ ਇਹ ਪ੍ਰਚਾਰ ਕਰਨਗੇ ਨਾ ਇਹੋ ਜਿਹਾ, ਤਾਂ ਬਹੁਤ ਅਸਰ ਪਊਗਾ, ਬਹੁਤ ਬਦਲਾਵ ਆਏਗਾ। ਮਾਇਆ ਤਾਂ ਆਉਣੀ ਹੀ ਆਉਣੀ ਹੈ ਜਿੱਥੇ ਸਿਫਤ ਲੱਗ ਹੈ ਨਾ। ਆ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਸੁਣਾ ਕੇ ਗੁਰੂ ਨਾਨਕ ਸਾਹਿਬ ਦੀ ਸਮਾਪਤ ਕਰਦਾ ਮੈਂ। ਜਦੋਂ ਜਿਸ ਦਿਨ ਗੁਰੂ ਨਾਨਕ ਸਾਹਿਬ ਇੱਥੇ ਆਏ, ਮਰਦਾਨਾ ਸਾਹਿਬ ਦੋਨੋਂ ਸਮੁੰਦਰ ਦੇ ਕੰਢੇ ਬੈਠੇ ਨੇ, ਮਰਦਾਨਾ ਜੀ ਅਤੇ ਗੁਰੂ ਨਾਨਕ ਸਾਹਿਬ, ਜਿੱਥੋਂ ਸਾਨੂੰ ਨੁਕਤਾ ਮਿਲਿਆ। ਉਹ ਗੱਲ ਕੀ ਸੀ, ਮਰਦਾਨੇ ਨੂੰ ਭੁੱਖ ਲੱਗੀ, ਅੰਤਰਜਾਮੀ ਜਾਣਦੇ ਨੇ ਕਿ ਇਹਨੂੰ ਭੁੱਖ ਲੱਗੀ ਹੈ। ਉਹਨੇ ਕਿਹਾ ਮਹਾਰਾਜ ਭੁੱਖ ਲੱਗੀ ਹੈ। ਕਹਿੰਦੇ ਜਾ ਮੰਦਰ ਜਾ ਕੇ ਛਕਿਆ। ਮੰਦਰ ਤੋਂ ਇਲਾਵਾ ਹੋਰ ਇੱਥੇ ਕੁਛ ਹੈ ਨਹੀਂ ਸੀ, ਘਰ ਵੀ ਨਹੀਂ ਸੀ, ਹੋਟਲ ਵੀ ਨਹੀਂ, ਕੁਛ ਵੀ ਨਹੀਂ ਸੀਗਾ, ਜੰਗਲ ਸੀ ਇਹ ਸਾਰਾ ਇਲਾਕਾ। ਉਹ ਮੰਦਰ ਚਲਾ ਗਿਆ। ਜਦ ਮੰਦਰ ਦੇ ਬੂਹੇ ਅੰਦਰ ਵੜਨ ਲੱਗਿਆ
ਤਾਂ ਪੰਡਿਆਂ ਨੇ ਪੁੱਛਿਆ ਭਾਈ ਕੌਣ ਹੋ, ਕਿੱਥੋਂ ਆਇਓ? ਉਹ ਕਹਿੰਦਾ ਜੀ ਅਸੀਂ ਪੰਜਾਬ ਤੋਂ ਆਇਓ, ਮੈਂ ਉੱਥੇ ਨਾਨਕ ਗੁਰੂ ਨਾਨਕ ਜੀ ਬੈਠੇ, ਮੈਂ ਉਹਨਾਂ ਨਾਲ ਆਇਆ। ਉਹ ਕਹਿੰਦੇ ਤੂੰ ਤਾਂ ਮਰਦਾ ਇੰਨਾ ਮੁਸਲਮਾਨ ਲੱਗਦਾ। ਕਹਿੰਦੇ ਜੀ ਹਾਂ ਮੁਸਲਮਾਨ ਆ। ਬਾਂਹ 'ਤੇ ਫੜ ਕੇ ਧੂਕੇ ਬਾਹਰ ਮਾਰਿਆ। ਕਹਿੰਦੇ ਇੱਥੇ ਮੰਦਰ ਨਹੀਂ ਅੰਦਰ ਆ ਸਕਦਾ, ਇੱਥੇ ਮਾਫ਼ ਕਰਨਾ ਮੁਸਲਮਾਨ ਨਹੀਂ ਆ ਸਕਦਾ, ਇੱਥੇ ਹਿੰਦੂ ਮਾਫ਼ ਕਰਨਾ ਈਸਾਈ ਵੀ ਨਹੀਂ ਆ ਸਕਦਾ, ਅੱਜ ਵੀ ਨਹੀਂ ਆ ਸਕਦਾ, ਨਾ ਈਸਾਈ ਆ ਸਕਦਾ ਨਾ ਮੁਸਲਮਾਨ ਆ ਸਕਦਾ, ਚਲੋ ਬਾਹਰ ਗੈਟ ਆਊਟ ਕਰਦਾ। ਆ ਕੇ ਵਿਚਾਰਾ ਅਫਸੋਸਿਆ, ਜਾ ਕੇ ਕਹਿੰਦਾ ਮਹਾਰਾਜ ਜੀ ਪ੍ਰਸ਼ਾਦਾ ਤਾਂ ਮਿਲਿਆ, ਤਾਂ ਬਾਂਹ ਦੇ ਕੱਢ ਕੇ ਬਾਹਰ ਮਾਰਿਆ, ਜੇ ਮੈਂ ਨਾਮਦੇਵ ਜੀ ਨੂੰ ਮਾਰਿਆ ਸੀ ਬਾਹਰ ਕੱਢ ਕੇ। ਕਹਿੰਦੇ ਅੱਛਾ ਭੁੱਖ ਲੱਗੀ? ਕਹਿੰਦੇ ਹਾਂ ਭੁੱਖ ਤਾਂ ਲੱਗੀ ਸੀ, ਪਰ ਉਹਨਾਂ ਨੇ ਬਾਹਰ ਕੱਢ ਕੇ ਮਾਰਿਆ। ਕਹਿੰਦੇ ਚੱਲ ਮਰਦਾਨਿਆ ਰਵਾਬਗੜ੍ਹ, ਚੱਲ ਆਪਾਂ ਸਿਫ ਸਲਾਘਾ ਕਰੀਏ, ਉਹਦਾ ਕੀਰਤਨ ਕਰੀਏ, ਜਿੱਥੇ ਉਹਦਾ ਕੀਰਤਨ ਹੋਊਗਾ ਉੱਥੇ ਲੰਗਰ ਆਪਣੇ ਆਪ ਆਉਣਗੇ। ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ, ਹੋਰ ਬੋਲੋ ਵਾਹਿਗੁਰੂ। ਕੀਰਤਨ ਸ਼ੁਰੂ ਹੋ ਗਿਆ ਸਮੁੰਦਰ ਦੇ ਕੰਢੇ, ਅਜੇ ਅੱਧਾ ਘੰਟਾ ਹੋਇਆ ਹੋਏਗਾ। ਇਹਨਾਂ ਦਾ ਦੁਪਹਿਰ ਦਾ ਸਮਾਂ ਸੀ, ਸੋਨੇ ਦਾ ਥਾਲ ਸਜਾ ਕੇ ਉਹ ਭੋਜਨ ਦੇ ਨਾਲ ਤਿਆਰ ਕਰਕੇ ਰੱਖਿਆ, ਜਗਨਨਾਥ ਜੀ ਨੂੰ ਭੋਗ ਲਵਾਉਣਾ। ਉਹ ਭੋਗ ਲਵਾਉਣ ਤੋਂ ਪਹਿਲਾਂ ਥਾਲ ਉੜ ਗਿਆ, ਉੜ ਕੇ ਉੱਧਰ ਨੂੰ ਚੱਲ ਪਿਆ ਜਿੱਦਾਂ ਗੁਰੂ ਨਾਨਕ ਸਾਹਿਬ ਦੇ ਮਰਦਾਨਾ ਬੈਠੇ ਸੀ। ਇਹ ਇਹਨਾਂ ਦੇ ਇਤਿਹਾਸ ਵਿੱਚ ਹੈ, ਇਹਨਾਂ ਦਾ ਇਤਿਹਾਸ ਵਿੱਚ ਕਾਫੀ ਕੁਛ ਲਿਖਿਆ। ਸਾਡੇ ਇਤਿਹਾਸ ਵਿੱਚ ਅਸੀਂ ਸਮਝਾਂਗੇ ਸੱਚਾ ਹੈ ਕਿ ਨਹੀਂ ਸ਼ੱਕ ਕਰਾਂਗੇ, ਪਰ ਇਹਨਾਂ ਇਹ ਨਹੀਂ ਕਰ ਸਕਦੇ। ਇਹ ਕਿਸ ਤਰ੍ਹਾਂ ਦੂਜੇ ਦੇ ਸੱਚੀ ਗੱਲ ਨੂੰ ਉਲਟਾ ਕਰ ਸਕਦੇ? ਨਹੀਂ ਕਰ ਸਕਦੇ। ਉਹ ਥਾਲ ਇਹਨਾਂ ਦੇ ਜਾ ਕੇ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀ ਹੱਥਾਂ ਵਿੱਚ ਚਲਾ ਗਿਆ। ਹੱਥਾਂ ਵਿੱਚ ਆ ਕੇ ਕੀਰਤਨ ਬੰਦ ਹੋ ਗਿਆ। ਕਹਿੰਦੇ ਲੈ ਮਰਦਾਨਿਆ, ਤੂੰ ਪਰਮਾਤਮਾ ਦੀ ਉਸਤਤ ਕੀਤੀ ਹੈ, ਪਰਮਾਤਮਾ ਦਾ ਕੀਰਤਨ ਕੀਤਾ ਨਾ, ਆਹ ਦੇਖ ਤੇਰੇ ਵਾਸਤੇ ਸੁੰਦਰ ਪ੍ਰਸ਼ਾਦਾ ਆ ਗਿਆ। ਦੋਨਾਂ ਨੇ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛੱਕ ਕੇ ਥਾਲ ਵਾਪਸ ਕੀਤਾ। ਕਹਿੰਦੇ ਦੇਖਿਆ ਮਰਨਾ ਮਰਦਾਨਿਆ, ਜਿੱਥੇ ਵੀ ਪਰਮਾਤਮਾ ਦੀ ਉਸਤਤ ਹੁੰਦੀ ਹੈ ਉੱਥੇ ਭੋਜਨ ਆਪਣੇ ਆਪ ਆਉਂਦੇ ਨੇ। ਇਹ ਲੰਗਰ ਤਾਂ ਹੀ ਸਾਰੇ ਸੰਸਾਰ ਚੱਲਦੇ ਨੇ ਕਿਉਂਕਿ ਉੱਥੇ ਸਵੇਰੇ ਸ਼ਾਮ ਪਰਮਾਤਮਾ ਦੀ ਉਸਤਤ ਹੁੰਦੀ ਹੈ, ਸਿਫਤ ਸਲਾਘਾ ਹੁੰਦੀ ਹੈ। ਸਾਨੂੰ ਜਦ ਗੱਲ ਦਾ ਪਹਿਲਾਂ ਮਿੱਤਰਾ ਹੋਣ ਲੱਗ ਜਾ, ਦਿਨ ਰਾਤ ਸਿਫਤਾਂ ਕਰਿਆ ਕਰ। ਉਹ ਸਿਫਤਾਂ ਕਰਦੇ ਹਾਂ, ਆਪੇ ਗੁਰਦੁਆਰਾ ਆਰਤੀ ਸਾਹਿਬ ਬਣ ਗਿਆ, ਆਪੇ ਪਾਰਕ ਬਣ ਗਏ, ਆਪੇ ਬੌਲੀ ਸਾਹਿਬ ਮਿਲ ਗਿਆ, ਆਪੇ ਜਿੰਨੇ ਹੋਰ ਕੰਮ ਸੀ ਸਾਰੇ ਹੁੰਦੇ ਜਾ ਰਹੇ ਨੇ। ਜਿੰਨੀਆਂ ਇਹਦੀਆਂ ਸਿਫਤਾਂ ਕਰੋ, ਸਿਫਤਾਂ 'ਚ ਕੀ ਆ, ਸਿਫਤਾਂ 'ਚ ਨਾਂ ਇਹਦਾ, ਸਦਾ ਸਿਫ ਸਲਾਹ ਤੇਰੀ ਨਾਂ ਮਨ ਵਸਾਵੇ। ਜਿਹਦੀਆਂ ਵੀ ਸਿਫਤਾਂ ਕਰੋਗੇ, ਅਸੀਂ ਸਾਰੀਆਂ ਸੰਗਤਾਂ ਸੁਣਦੇ ਸੀ ਮਨਪ੍ਰੀਤ ਜੀ ਬਹੁਤ ਅੱਛਾ ਕੀਰਤਨ ਕਰਦੇ ਨੇ, ਮਨਪ੍ਰੀਤ ਜੀ ਬਹੁਤ ਅੱਛਾ ਕੀਰਤਨ, ਅਸੀਂ ਕਿਹਾ ਸੁਣਾਓ ਤਾਂ ਸਹੀ, ਅੱਜ ਸੁਣਿਆ ਤਾਂ ਪਤਾ ਲੱਗਿਆ, ਨਹੀਂ ਸਮਝੇ। ਜਦ ਕਿਸੇ ਦੀਆਂ ਸਿਫਤਾਂ ਸੁਣਾਂਗੇ, ਜਦ ਉਹਨੂੰ ਸੁਣਾਂਗੇ ਉਹਨੂੰ ਦੇਖਾਂਗੇ ਤਾਂ ਹੀ ਤਾਂ ਪਤਾ ਲੱਗੇਗਾ ਨਾ। ਇਸ ਤਰ੍ਹਾਂ ਹੀ ਗੁਰੂ ਸਾਹਿਬ ਪਰਮਾਤਮਾ ਦੀਆਂ ਸਿਫਤਾਂ ਸੁਣਾਉਂਦੇ ਰਹਿੰਦੇ ਨੇ ਕਿ ਬੱਚੇ ਵਿਛੜੇ ਹੋਏ ਨੇ, ਭਟਕੇ ਹੋਏ ਨੇ, ਇਹ ਇਹਦੇ ਨਾਲ ਜੁੜ ਜਾਣ, ਇਹਨਾਂ ਦੇ ਇਹ ਪਰਮਾਤਮਾ ਦੇ ਬੱਚੇ ਨੇ, ਆਪਣੇ ਬਾਪ ਨਾਲ ਵਿਛੜੇ ਨੇ, ਉਹਦੇ ਨਾਲ ਜੁੜ ਜਾਣ। ਸੋ ਗੁਰੂ ਪਿਆਰੇ ਸਾਹਿਬ ਸਿੰਘ ਕਹਿਣ ਨੂੰ ਤਾਂ ਹੋਰ ਵੀ ਬਹੁਤ ਕੁਛ ਹੈ, ਆਪ ਇੰਨੇ ਸ਼ਬਦ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫ਼ੀ। ਹੁਣ ਭਾਈ ਜਰਨੈਲ ਸਿੰਘ ਜੀ ਜਿਹੜੇ ਲੁਧਿਆਣੇ ਤੋਂ ਆਏ ਨੇ ਇਹ ਕਥਾ ਕਰਨਗੇ, ਇਹਨਾਂ ਤੋਂ ਬਾਅਦ ਇੱਕ ਜਥਾ ਅੰਮ੍ਰਿਤਸਰ ਤੋਂ ਆਇਆ ਹੋਇਆ ਉਹ ਕੀਰਤਨ ਕਰੇਗਾ।
6 ਵਜੇ ਗੁਰੂ ਪਿਆਰੀ ਸਾਧ ਸੰਗਤ ਰਹਿ ਰਹਾਸਤ ਦਾ ਪਾਠ ਹੋਏਗਾ। ਇੱਥੇ ਗੁਰੂ ਸਾਹਿਬ ਦੇ ਸੁੱਖ ਆਸਣ ਹੋਣਗੇ। ਸੁੱਖ ਆਸਣ ਨੂੰ ਆਪਾਂ ਕਰਕੇ ਇੱਥੇ ਗੁਰੂ ਸਾਹਿਬ ਨੂੰ ਸਤਿਕਾਰ ਦੇ ਨਾਲ ਕੀਰਤਨ ਕਰਦੇ ਹੋਏ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ। ਸਾਰੀਆਂ ਸੰਗਤਾਂ ਉਸ ਟਾਈਮ ਤੱਕ ਆਪਣਾ ਸਹਿਯੋਗ ਦਿਓ, ਸਾਥ ਦਿਓ, ਨਾਲੇ ਸੁਣੋ, ਨਾਲੇ ਤੁਹਾਡੀ ਪੂਰੀ ਹਾਜ਼ਰੀ ਲੱਗ ਜਾਏਗੀ, ਪੂਰੀ ਪ੍ਰੈਜੈਂਟ ਲੱਗ ਜਾਏਗੀ ਤੁਹਾਡੀ। ਇਹ ਕਰਕੇ ਜਾਇਓ, ਫਿਰ ਤੁਹਾਡੀਆਂ ਗੁਰੂ ਨਾਨਕ ਸਾਹਿਬ ਨੂੰ ਖੁਸ਼ੀਆਂ ਹੀ ਖੁਸ਼ੀਆਂ, ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।